एक दर्दनाक खासियत तस्वीर सामने आईया ने बटाला जलंधर बाईपास तो जिथे बीती देर रात पार्टी तो वापस परत रहे नौजवानों की कार हादसे का शिकार हो जाती है जिसके चलते MLA बटाला के PA समेत 3 नौजवानों की मौत हो गई जबकि 2 नौजवान गंभीर जख्मी हो गए जिन्हों का हस्पताल इलाज चल रहा है। पुलिस अधिकारियों की मानिए तो गाड़ी का टायर फटन के चलते कार बेकाबू हो जाती है जिस तो बाद एक बड़ा हादसा वापर जाता है। ਲੋਕੇਸ਼ਨ ਪੁੱਛੋ ਸਾਨੂੰ ਅੱਜ ਜਿਹੜਾ ਹਾਦਸਾ ਹੋਇਆ ਉਹਦੇ ਬਾਰੇ ਕੀ ਲਈ ਰਾਤ ਸੀ ਆਪਣੇ ਦੇ MLA ਸਟਾਫ ਜਿਹੜੇ ਹੈਗੇ ਸੀ PA ਸਾਹਿਬ ਪਲੱਸ ਉਹਨਾਂ ਦੇ ਇੱਕ ਰਿਲੇਟਿਵ ਸੀ ਜੀ ਸਮੇਤ 5 ਬੰਦੇ ਆ ਰਹੇ ਸੀ ਪਾਰਟੀ ਤੋਂ ਵਾਪਸ ਅਤੇ ਰਾਹ 'ਚ ਟਾਇਰ ਫਟਣ ਨਾਲ ਡਿਵਾਈਡਰ 'ਚ ਵੱਜਣ ਨਾਲ 3 ਮਿੰਟ ਦੀ ਮੌਕੇ ਡੈਥ ਹੋਈ 2 ਜ਼ਖਮੀ ਹੋਏ ਨੇ ਜੀ। ਕਿੰਨਾ ਕਿੰਨਾ ਜ਼ਖਮੀ ਹੋਏ? ਇੱਕ ਉਪਦੇਸ਼ ਉਹਨਾਂ ਦਾ PA ਜੀ ਉਪਦੇਸ਼ ਸਨ ਅਸ਼ੋਕ ਕੁਮਾਰ ਵਾਸੀ ਗੁਰਾ ਨੰਗਲ ਗੁਰਲੀਨ ਸਿੰਘ ਸਨ ਬੇਅੰਤ ਸਿੰਘ ਹਾਊਸ ਨੰਬਰ 165 ਕਰਨਪੁਰਾ ਕਲੋਨੀ ਨਵੀਂ ਦਿੱਲੀ ਸੁਨੀਲ ਸਨ ਸੁਰਜੀਤ ਵਾਸੀ ਰਾਧਾ ਕ੍ਰਿਸ਼ਨ ਕਲੋਨੀ ਦੌੜਾ ਨੰਗਲ 3 ਵਜੇ ਜ਼ਖਮੀ ਜੀ ਆਪਣੇ ਹੋਇਆ ਜੀ ਪੁਲਿਸ ਹਸਪੀ ਦੇ ਕੋਲ ਜੀ ਹੋਰ ਕਲੋਨੀ ਹੋ ਪਤਾ ਜੀ ਜ਼ਖਮੀ ਕਿੰਨੇ? 2 ਜ਼ਖਮੀ ਜੀ ਅੰਮ੍ਰਿਤ ਕਲਸੀ ਭਰਾ ਇੱਕ ਮਾਨਸ ਮਹਿਤਾ ਜੀ ਜਿਹੜੇ ਅੰਮ੍ਰਿਤਸਰ ਆ ਪੁਲਿਸ ਜੀ ਕਿਹੜਾ ਜੀ ਬੈਂਕ ਕਲੋਨੀ ਵਾਲਾ ਜੀ।